ਇਹ ਬੱਚਿਓ ਬੈਸਟਾਈਲ ਦਾ ਕਿਲ੍ਹਾ ਹੈ ਜਿੱਥੇ 14 ਜੁਲਾਈ 1799 ਈਸਵੀ ਨੂੰ ਆਮ ਲੋਕਾਂ ਨੇ, ਸਧਾਰਨ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਲੁਈ ਸੋਲਵੇਂ ਨੇ ਫੌਜ ਬੁਲਾ ਲਈ ਪਰ ਆਮ ਲੋਕਾਂ ਨੇ ਪਰਵਾਹ ਨਹੀਂ ਕੀਤੀ ਔਰ ਜੋ ਹੈ ਸਾਰੇ ਬੈਰੀਕੇਡਸ ਤੋੜ ਦਿੱਤੇ, ਕਿਲ੍ਹੇ ਦੇ ਅੰਦਰ ਚਲੇ ਗਏ, ਆਪਣੇ ਸਾਥੀਆਂ ਨੂੰ ਰਿਹਾ ਕਰਵਾ ਲਿਆ, ਉਹਨਾਂ ਦਾ ਗੋਲਾ ਬਰੂਦ ਸੀ ਉਹ ਲੁੱਟ ਲਿਆ ਔਰ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਅਤੇ ਫਿਰ ਕਤਲ ਕਰ ਦਿੱਤਾ। ਔਰ ਇਸ ਤਰ੍ਹਾਂ ਜੋ ਹੈ ਬੈਸਟਾਈਲ ਦੇ ਪਤਨ ਦੇ ਨਾਲ ਹੀ ਰਾਜਤੰਤਰ ਦਾ ਵੀ ਪਤਨ ਹੋ ਗਿਆ। ਤੋ ਇਹ ਇੱਕ ਨਿਸ਼ਾਨੀ ਹੈ ਫਰਾਂਸ ਦੇ ਵਿੱਚ ਬੇਟਾ, ਹਰ ਸਾਲ 14 ਜੁਲਾਈ ਨੂੰ ਬੈਸਟਾਈਲ ਦਿਵਸ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ 4 ਅਗਸਤ 1799 ਨੂੰ ਰਾਸ਼ਟਰੀ ਸੰਵਿਧਾਨ ਸਭਾ ਨੇ ਸਾਰੇ ਕਰ ਹਟਾ ਦਿੱਤੇ, ਸਾਮੰਤਵਾਦ ਦਾ ਅੰਤ ਹੋ ਗਿਆ ਔਰ ਪਾਦਰੀਆਂ ਨੂੰ ਵਿਸ਼ੇਸ਼ ਅਧਿਕਾਰ ਛੱਡਣ ਲਈ ਮਜਬੂਰ ਕਰ ਦਿੱਤਾ। 1799 ਤੋਂ ਲੈ ਕੇ 1791 ਤੱਕ ਜੋ ਤੀਸਰੇ ਵਰਗ ਦੇ ਜਿਹੜੇ ਪ੍ਰਤੀਨਿਧੀ ਸਨ ਬੇਟਾ, ਉਹ ਆਪਣੇ ਆਪ ਨੂੰ ਜੋ ਰਾਸ਼ਟਰੀ ਪ੍ਰੀਸ਼ਦ ਮੰਨਦੇ ਸਨ ਔਰ ਇਹਨਾਂ ਨੇ ਜੋ ਕੁਲੀਨ ਵਰਗ ਦੀ ਜਿਹੜੀ ਪ੍ਰਭੂ ਸੱਤਾ ਸੀ ਉਹ ਖਤਮ ਕਰ ਦਿੱਤੀ ਔਰ ਜਿਹੜੀ ਇੱਕ ਬਹੁਤ ਕਾਮਯਾਬੀ ਰਹੀ ਜੋ ਇਸ ਕ੍ਰਾਂਤੀ ਦਾ ਉਦੇਸ਼ ਸੀ। ਇਸ ਤੋਂ ਬਾਅਦ ਬੇਟਾ 1791 ਤੋਂ 92 ਤੱਕ ਜੋ ਹੈ ਫਰਾਂਸ ਦਾ ਸੰਵਿਧਾਨਕ ਰਾਜਤੰਤਰ ਬਣ ਗਿਆ। ਸੰਵਿਧਾਨਿਕ ਰਾਜਤੰਤਰ ਹੁੰਦਾ ਬੇਟਾ ਕਿ ਜੋ ਰਾਜੇ ਦੀਆਂ ਸ਼ਕਤੀਆਂ ਨੇ ਉਹ ਸੰਵਿਧਾਨ ਦੁਆਰਾ ਨਿਯੰਤਰਿਤ ਹੁੰਦੀਆਂ ਨੇ। ਹੁਣ ਜੋ ਰਾਜਾ ਹੈ ਉਹ ਆਪਦੀ ਮਨ ਮਰਜ਼ੀ ਨਹੀਂ ਕਰ ਸਕਦਾ ਸੀ। 1793 ਦੇ ਵਿੱਚ ਜੋ ਲੁਈ 16ਵਾਂ ਅਤੇ ਉਸਦੀ ਪਤਨੀ ਮੇਰੀ ਐਂਟੋਨੀਟੀ ਦਾ ਕਤਲ ਕਰ ਦਿੱਤਾ ਗਿਆ ਔਰ ਇਹ ਕਤਲ ਗਲੂਟਾਈਨ ਦੇ ਰਾਹੀਂ ਕੀਤਾ ਗਿਆ। ਗਲੂਟਾਈਨ ਰਾਜਾ ਮੈਂ ਤੁਹਾਨੂੰ ਦੱਸਦਾ ਇੱਕ ਇੰਸਟਰੂਮੈਂਟ ਹੁੰਦਾ ਔਰ ਇਸ ਦੇ ਰਾਹੀਂ ਇੰਨੇ ਕਤਲ ਹੋਏ ਕਿ ਲੋਕਾਂ ਨੇ ਇਸ ਨੂੰ ਰਾਸ਼ਟਰੀ ਰੇਜ਼ਰ ਦਾ ਨਾਮ ਦੇਣਾ ਸ਼ੁਰੂ ਕਰ ਦਿੱਤਾ। ਔਰ 1793 ਤੋਂ ਲੈ ਕੇ 1794 ਦਾ ਜੋ ਸਮਾਂ ਸੀ ਨਾ ਬੇਟਾ, ਇਹ ਬਹੁਤ ਯਾਨੀ ਕਿ ਫਰਾਂਸ ਦੇ ਵਿੱਚ ਆਤੰਕ ਦਾ ਦੌਰ ਸੀ। ਲੁਈ 16ਵੇਂ ਅਤੇ ਉਸਦੀ ਪਤਨੀ ਦੇ ਕਤਲ ਤੋਂ ਬਾਅਦ ਜੈਕੋਬਿਨ ਜਿਹੜਾ ਕਲੱਬ ਸੀ ਉਹ ਪਾਵਰ 'ਚ ਆ ਗਿਆ ਔਰ ਉਸਦਾ ਜਿਹੜਾ ਆਗੂ ਸੀ ਮੈਕਸੀਮਿਲਾਨ ਰੋਬਸਪਾਇਰੀ, ਔਰ ਉਸਨੇ ਜੋ ਹੈ ਬੜਾ ਬਹੁਤ ਆਤੰਕ ਦਾ ਦੌਰ ਚਲਾਇਆ ਔਰ ਤਕਰੀਬਨ ਆਮ ਲੋਕ 16,000 ਤੋਂ 40,000 ਤੱਕ ਲੋਕਾਂ ਦਾ ਉਸਨੇ ਕਤਲ ਕਰ ਦਿੱਤਾ। ਬਹੁਤ ਜਿਹੜੇ ਹੈ ਸਖਤ ਕਾਨੂੰਨ ਉਹਨੇ ਬਣਾਏ, ਹਾਲਾਂਕਿ ਜੋ ਉਹਨਾਂ ਦੇ ਜੋ ਆਪਦੇ ਜਿਹੜੇ ਸਾਥੀ ਸਨ ਉਹ ਵੀ ਕਹਿ ਰਹੇ ਸਨ ਕਿ ਇੰਨੀ ਸਖਤੀ ਨਹੀਂ ਕਰਨੀ ਚਾਹੀਦੀ, ਲੇਕਿਨ ਰੋਬਸਪਾਇਰੀ ਨੇ ਇੱਕ ਨਹੀਂ ਸੁਣੀ ਪਰ ਆਖਿਰਕਾਰ ਜੋ ਹੈ ਉਸ ਦੇ ਉੱਪਰ ਵੀ ਜੋ ਹੈ ਮੁਕੱਦਮਾ ਚਲਾ ਕੇ ਔਰ ਜੁਲਾਈ 1794 ਦੇ ਵਿੱਚ ਉਸਨੂੰ ਵੀ ਗਲੂਟਾਈਨ ਕਰ ਦਿੱਤਾ ਗਿਆ, ਮਤਲਬ ਕਿ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਔਰ ਇਸ ਦੇ ਨਾਲ ਹੀ ਆਤੰਕ ਦੇ ਦੌਰ ਦੀ ਸਮਾਪਤੀ ਵੀ ਹੋਈ। ਆਹ ਦੇਖੋ ਬੇਟਾ, ਇਹ ਇੱਕ ਮਸ਼ੀਨ ਸੀ ਜਿਸ ਨੂੰ ਨਾਮ ਦਿੱਤਾ ਗਿਆ ਗਲੂਟਾਈਨ। ਇਹ ਨਾਮ ਇਸ ਕਰਕੇ ਦਿੱਤਾ ਗਿਆ ਕਿ ਇਸ ਦੀ ਜੋ ਖੋਜ ਕਹਿ ਲਓ ਜਾਂ ਕਾਢ ਕਹਿ ਲਓ ਉਹ ਡਾਕਟਰ ਗਲੂਟਾਈਨ ਨੇ ਕੀਤੀ ਸੀ। ਇਹ ਕੈਦੀਆਂ ਨੂੰ
ਅੱਟ ਪੀੜਾ ਹੋਵੇ ਔਰ ਉਹਨਾਂ ਦਾ ਕਤਲ ਹੋ ਜਾਵੇ। ਤਾਂ ਇਹ ਇੱਥੇ ਜਿਹੜਾ ਦੇਖ ਰਹੇ ਹੋ ਇਹ ਇੱਕ ਲੱਗਿਆ ਹੋਇਆ ਬਲੇਡ ਔਰ ਆਹ ਜਿਹੜਾ ਫੱਟਾ ਹੈ ਬੇਟਾ ਇਹਦੇ ਵਿੱਚ ਜਿਸ ਨੂੰ ਵੀ ਫਾਂਸੀ ਦੀ ਸਜ਼ਾ ਦੇਣੀ ਹੁੰਦੀ ਸੀ ਮੌਤ ਦੀ ਸਜ਼ਾ ਉਸਨੂੰ ਲਿਟਾ ਦਿੰਦੇ ਸਨ ਔਰ ਜਿਹੜਾ ਸਿਰ ਹੈ ਉਹਦਾ ਉਹ ਬਾਹਰ ਹੁੰਦਾ ਸੀ। ਅਤੇ ਇੱਥੇ ਇੱਕ ਲੀਵਰ ਹੁੰਦਾ ਸੀ ਜਿਵੇਂ ਇਹ ਲੀਵਰ ਛੱਡਦੇ ਤਾਂ ਉਹ ਜੋ ਬਲੇਡ ਹੈ ਤੇਜ਼ੀ ਨਾਲ ਆ ਕੇ ਇੱਕ ਹੀ ਝਟਕੇ ਦੇ ਵਿੱਚ ਜੋ ਆਪਣੇ ਕੈਦੀਆਂ ਦਾ ਜਿਹੜਾ ਸਿਰ ਸੀ ਉਹ ਧੜ ਤੋਂ ਵੱਖ ਹੋ ਜਾਂਦਾ ਸੀ। ਆਹ ਦੇਖੋ ਕਿ ਸਿਰ ਵੱਖ ਕਰਨ ਤੋਂ ਬਾਅਦ ਜੋ ਹੈ ਇੱਥੇ ਆ ਸਾਰਾ ਲਹੂ ਨਿਕਲ ਰਿਹਾ ਹੈ ਔਰ ਇਹ ਜਿਹੜਾ ਕੰਮ ਹੈ ਇਹ ਸ਼ਰੇਆਮ ਪਬਲਿਕ ਦੇ ਵਿੱਚ ਹੁੰਦਾ ਸੀ, ਮਤਲਬ ਗੁਪਤ ਰੂਪ ਦੇ ਵਿੱਚ ਨਹੀਂ ਕਰਦੇ ਸੀ ਉਹ, ਇਹ ਆਮ ਜੋ ਹੈ ਸਭਾ ਦੇ ਵਿੱਚ ਕਰਦੇ ਸਨ। ਤਾਂ ਇਹਦਾ ਨਾਮ ਬੇਟਾ ਜੋ ਹੈ ਗਲੂ ਟਾਈਮ। ਆਹ ਦੇਖੋ ਸਾਰੇ, ਆਹ ਦੇਖੋ ਕਿਵੇਂ ਜੋ ਹੈ ਡੈਡ ਬੋਡੀ ਪਈ ਹੈ ਔਰ ਉਹ ਜੋ ਹੈ ਸਿਰ ਜਿਹੜਾ ਉਹਦਾ ਅੱਡ ਕਰਕੇ ਔਰ ਪੂਰੀ ਪਬਲਿਕ ਨੂੰ ਦਿਖਾ ਰਿਹਾ ਹੈ। ਤਾਂ ਇਸ ਦੇ ਰਾਹੀਂ ਇੰਨੇ ਕਤਲ ਕੀਤੇ ਗਏ ਕਿ ਲੋਕ ਇਸ ਨੂੰ ਰਾਸ਼ਟਰੀ ਰੇਜ਼ਰ ਦਾ ਨਾਮ ਦੇਣ ਲੱਗੇ। ਤਾਂ ਰੋਬਸ ਫਾਇਰੀ ਦੀ ਮੌਤ ਤੋਂ ਬਾਅਦ ਜੋ ਹੈ ਫਰਾਂਸੀਸੀ ਲੋਕ ਬੜੇ ਘਬਰਾ ਗਏ ਕਿ ਜੋ ਪਾਵਰ ਹੈ ਉਹ ਇੱਕ ਹੱਥ ਵਿੱਚ ਨਹੀਂ ਹੋਣੀ ਚਾਹੀਦੀ। ਤਾਂ 5 ਮੈਂਬਰਾਂ ਦੀ ਬੇਟਾ ਜੋ ਹੈ ਡਾਇਰੈਕਟਿਵ ਬਣਾ ਦਿੱਤੀ ਗਈ। ਤਾਂ 1795 ਤੋਂ ਲੈ ਕੇ 1799 ਤੱਕ ਡਾਇਰੈਕਟਰੀ ਦਾ ਰਾਜ ਰਿਹਾ ਔਰ ਇਹ ਜੋ ਤੁਸੀਂ ਬੇਟਾ ਤਸਵੀਰ ਦੇਖ ਰਹੇ ਹੋ ਇਹ ਉਸ ਵਕਤ ਦੀ ਹੈ ਕਿ ਜਦੋਂ ਲੋਕ ਪੈਰਿਸ ਵੱਲ ਕੂਚ ਕਰਦਿਆਂ ਔਰ ਇਹ ਜਿਹੜੇ ਹੈਗੇ ਨੇ ਰੋਜ਼ਰ ਡੀ ਲਾਈਸਲੇ ਇਹਨਾਂ ਦੁਆਰਾ ਲਿਖਿਆ ਇੱਕ ਗੀਤ ਜਿਹੜਾ ਗਾਇਆ ਗਿਆ ਜਿਹਦਾ ਨਾਮ ਹੈ ਲਾ ਮਾਰਸੇਈਸ ਔਰ ਇਹ ਗੀਤ ਜੋ ਹੈ ਇੰਨਾ ਹਰਮਨ ਪਿਆਰਾ ਹੋਇਆ ਕਿ ਹੁਣ ਇਸ ਨੂੰ ਫਰਾਂਸ ਦਾ ਰਾਸ਼ਟਰੀ ਗਾਨ ਕਰਾਰ ਦੇ ਦਿੱਤਾ ਗਿਆ ਬੇਟਾ। ਆਹ ਦੇਖੋ ਇਹ ਜੋ ਜੈਕਮਨ ਆਗੂ ਰੋਬਸਪਾਇਰੀ ਹੈ ਅੰਤਮ ਸਮੇਂ ਦੇ ਵਿੱਚ ਜਿਹੜਾ ਇਸ ਨੂੰ ਇਸ ਤਰ੍ਹਾਂ ਕੈਦ ਕਰ ਲਿਆ ਗਿਆ ਸੀ ਔਰ ਬਾਅਦ ਦੇ ਵਿੱਚ ਉਸਨੂੰ ਗਲੂਟੋਨ ਰਾਹੀਂ ਮੌਤ ਦੀ ਸਜ਼ਾ ਦੇ ਦਿੱਤੀ ਗਈ ਸੀ। ਇਹ ਜਿਹੜੇ ਮੇਨ ਤਾਨਾਸ਼ਾਹ ਰਾਜਤੰਤਰ ਘਰਾਣੇ ਦੇ ਇਹ ਲੂਈਸ 14ਵਾਂ, ਇਹ ਲੂਈਸ 15ਵਾਂ, ਆ ਜੋ ਲੂਈਸ 16ਵਾਂ ਜਿਨ੍ਹਾਂ ਦੇ ਰਾਜਕਾਲ ਦੇ ਵਿੱਚ ਫਰਾਂਸ ਦੀ ਕ੍ਰਾਂਤੀ ਹੋਈ ਔਰ ਇਹ ਬੇਟਾ ਨੈਪੋਲੀਅਨ ਨੇ, ਆਪਾਂ ਇਹਨਾਂ ਬਾਰੇ ਅੱਗੇ ਗੱਲ ਕਰਾਂਗੇ। ਡਾਇਰੈਕਟਰੀ ਰਾਜ ਦੇ ਵਿੱਚ ਬੇਟਾ 5 ਮੈਂਬਰੀ ਡਾਇਰੈਕਟਰੀ ਕੌਂਸਲ ਅਤੇ 2 ਵਿਧਾਨ ਪ੍ਰੀਸ਼ਦ ਦੇ ਵਿੱਚ ਸ਼ਕਤੀਆਂ ਦੀ ਵੰਡ ਹੋ ਗਈ ਪਰ ਇਹ ਵੀ ਦੋਵੇਂ ਧਿਰਾਂ ਆਪਸ ਦੇ ਵਿੱਚ ਲੜਦੇ ਰਹਿੰਦੇ ਸਨ, ਸ਼ਕਤੀਆਂ ਦੀ ਵੰਡ ਕਰਕੇ ਖਿੱਚੋਤਾਨ ਹੁੰਦੀ ਰਹਿੰਦੀ ਸੀ। ਤਾਂ ਇਸ ਸਮੇਂ ਦੇ ਵਿੱਚ ਜੋ ਨੈਪੋਲੀਅਨ ਹੈ ਜਿਹੜਾ ਕਿ ਫਰਾਂਸ ਦਾ ਮਹਾਨ ਜਰਨੈਲ ਸੀ ਔਰ ਇਹ ਬਹੁਤ ਪ੍ਰਸਿੱਧ ਸੀ ਰਾਜਾ, ਇਹਨਾਂ ਨੇ ਇਟਲੀ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਲੜੀਆਂ ਔਰ ਜਿੱਤ ਪ੍ਰਾਪਤ ਕੀਤੀ ਔਰ ਇਹਨਾਂ ਦੀ ਪ੍ਰਸਿੱਧੀ ਇਟਲੀ ਦੀਆਂ ਜਿੱਤਾਂ ਕਾਰਨ ਹੋਈ। ਇਹਨਾਂ ਨੇ 1799 ਈਸਵੀ ਦੇ ਵਿੱਚ ਫਰਾਂਸ ਦੇ ਉੱਪਰ ਰਾਜਨੀਤਿਕ ਸੱਤਾ ਹਾਸਲ ਕਰ ਲਈ ਔਰ 1804 ਈਸਵੀ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਫਰਾਂਸ ਦਾ ਸਮਰਾਟ ਘੋਸ਼ਿਤ ਕਰ ਦਿੱਤਾ। ਇਹ ਵਧੀਆ ਫੌਜੀ ਜਰਨੈਲ ਤਾਂ ਹੈਗੇ ਹੀ ਸਨ ਔਰ ਇਸ ਦੇ ਨਾਲ ਨਾਲ ਬੱਚਿਓ ਇਹ ਬਹੁਤ ਵਧੀਆ ਰਾਜਨੀਤਿਕ ਆਗੂ ਵੀ ਸਨ। ਇਹਨਾਂ ਨੇ ਉਦਾਰਵਾਦ ਜਿਹੜੇ ਕਾਨੂੰਨ ਬਣਾਏ ਔਰ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ
ਔਰ ਇਹਨਾਂ ਦੇ ਜਿਹੜੇ ਕਾਨੂੰਨ ਸੀ ਉਹ ਫਰਾਂਸ ਦੇ ਨਾਲ ਨਾਲ ਦੂਜੇ ਯੂਰਪੀ ਦੇਸ਼ਾਂ ਦੇ ਵਿੱਚ ਵੀ ਲਾਗੂ ਹੋਏ ਸੀ। ਜਿਵੇਂ ਬੱਚੇ ਤੁਸੀਂ ਜਾਣਦੇ ਹੋ ਜੋ ਸੂਰਜ ਚੜ੍ਹਦਾ ਹੈ ਉਹ ਅਸਤ ਵੀ ਹੁੰਦਾ ਹੈ, ਤਾਂ ਨੈਪੋਲੀਅਨ ਜੋ ਹੈ 1815 ਦੇ ਵਿੱਚ ਵਾਟਰਲੂ ਦੀ ਲੜਾਈ ਵਿੱਚ ਹਾਰ ਗਿਆ। ਵਾਟਰਲੂ ਅੱਜ ਕੱਲ੍ਹ ਬੈਲਜੀਅਮ ਦੇ ਵਿੱਚ ਹੈ, ਪਹਿਲੇ ਇਹ ਨੀਦਰਲੈਂਡ ਦਾ ਹਿੱਸਾ ਸੀ। ਸੋ ਹਾਰਨ ਤੋਂ ਬਾਅਦ ਨੈਪੋਲੀਅਨ ਨੇ ਆਪਣੀ ਆਤਮ ਸਮਰਪਣ ਕਰ ਦਿੱਤਾ, ਹਾਰ ਸਵੀਕਾਰ ਕਰ ਲਈ, ਤਾਂ ਅੰਗਰੇਜ਼ਾਂ ਨੇ ਉਸ ਨੂੰ ਇੱਕ ਦੂਰ ਜੋ ਹੈ ਟਾਪੂ ਸੈਂਟ ਹੈਲੀਨਾ ਵਿੱਚ ਕੈਦ ਕਰ ਦਿੱਤਾ ਗਿਆ, ਅਤੇ ਜਿੱਥੇ 5 ਮਈ 1821 ਨੂੰ ਨੈਪੋਲੀਅਨ ਦੀ ਮੌਤ ਹੋ ਗਈ। ਇਹ ਜੋ ਹੈ ਬਟੈਕਸੀਨ ਹੈ ਡਾਇਰੈਕਟਰੀ ਰਾਜ ਦਾ, ਕਿ ਕਿਵੇਂ ਜੋ ਹੈ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਆਹ ਦੇਖੋ ਇਹ ਨੈਪੋਲੀਅਨ ਹੈ, ਬਹੁਤ ਪ੍ਰਸਿੱਧ ਜਿਹੜਾ ਹੈ, ਇਹਨਾਂ ਦੀ ਗਿਣਤੀ ਸੰਸਾਰ ਦੇ ਪ੍ਰਸਿੱਧ ਜਰਨੈਲਾਂ 'ਚ ਹੁੰਦੀ ਹੈ ਬੇਟਾ। 1804 ਈਸਵੀ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਸਮਰਾਟ ਘੋਸ਼ਿਤ ਕੀਤਾ ਸੀ, ਔਰ ਇਹ ਇੱਕ ਵਾਟਰਲੂ ਦੀ ਲੜਾਈ ਦਾ ਦ੍ਰਿਸ਼ ਹੈ ਜੋ ਕਿ 18 ਜੂਨ 1815 ਈਸਵੀ ਦੇ ਵਿੱਚ ਹੋਈ, ਔਰ ਐਸੇ ਹੀ ਲੜਾਈ ਦੇ ਵਿੱਚ ਨੈਪੋਲੀਅਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਦੁਆਰਾ ਬਣਾਏ ਕੁਝ ਕਾਨੂੰਨ ਬੇਟਾ ਦੇਖੋ, ਇੱਕ ਇਹਨਾਂ ਨੇ ਬਣਾਇਆ ਨਿੱਜੀ ਸੰਪਤੀ ਦੀ ਸੁਰੱਖਿਆ ਦਾ ਕਾਨੂੰਨ, ਔਰ ਇਹਨਾਂ ਨੇ ਨਾਪ ਤੋਲ ਦੀ ਇਕਸਾਰ ਪ੍ਰਣਾਲੀ ਉੱਪਰ ਵੀ ਕੰਮ ਕੀਤਾ ਕਿ ਜੋ ਜਿਹੜੀ ਨਾਪ ਤੋਲ ਇਕਸਾਰ ਹੋਣੇ ਚਾਹੀਦੇ ਨੇ। ਔਰ ਫਿਰ ਬੇਟਾ ਇਹਨਾਂ ਨੇ ਜੋ ਹੈ ਸਰਕਾਰ ਦਾ ਕੇਂਦਰੀਕਰਨ ਕਰ ਦਿੱਤਾ ਕਿ ਜੋ ਸਰਕਾਰ ਦੀਆਂ ਪਾਵਰ ਸਨ ਉਹ ਥੱਲੇ ਦੇ ਦਿੱਤੀਆਂ, ਔਰ ਇਹਨਾਂ ਨੇ ਹੀ ਬੈਂਕ ਆਫ ਫਰਾਂਸ ਦੀ ਸਥਾਪਨਾ ਕੀਤੀ ਸੀ, ਔਰ ਇਹਨਾਂ ਨੇ ਸਿੱਖਿਆ ਜੋ ਸੰਬੰਧੀ ਸੁਧਾਰ ਬਹੁਤ ਕੀਤੇ। ਇਹਨਾਂ ਨੇ ਕਿਹਾ ਕਿ ਜੋ ਹੈ ਸਕੂਲੀ ਵਿੱਦਿਆ ਲਾਜ਼ਮੀ ਹੋਣੀ ਚਾਹੀਦੀ ਹੈ ਔਰ ਇਕਸਾਰ ਹੋਣੀ ਚਾਹੀਦੀ ਹੈ। ਆਓ ਹੁਣ ਆਪਾਂ ਬੱਚੋ ਗੱਲ ਕਰਦੇ ਹਾਂ ਇਸ ਕ੍ਰਾਂਤੀ ਤੋਂ ਪਹਿਲਾਂ ਔਰਤਾਂ ਦੀ ਦਿਸ਼ਾ ਕੀ ਸੀ। ਫਰਾਂਸੀਸੀ ਔਰਤਾਂ ਨੂੰ ਕਦੇ ਵੀ ਸਰਗਰਮ ਨਾਗਰਿਕ ਨਹੀਂ ਮੰਨਿਆ ਗਿਆ। ਤੀਸਰੇ ਵਰਗ ਦੇ ਵਿੱਚ ਜਿਹੜੀਆਂ ਸ਼ਾਮਿਲ ਔਰਤਾਂ ਸਨ ਉਹ ਆਪਦੇ ਗੁਜ਼ਾਰੇ ਵਾਸਤੇ ਫੁੱਲ ਫਲ ਸਬਜ਼ੀਆਂ ਵੇਚਣਾ, ਕੱਪੜੇ ਸੀਣਾ ਔਰ ਘਰਾਂ 'ਚ ਕੰਮ ਕਰਦੀਆਂ ਸਨ। ਮਰਦਾਂ ਦੇ ਬਰਾਬਰ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਤਨਖਾਹ ਬਹੁਤ ਘੱਟ ਸੀ, ਅਤੇ ਉਹਨਾਂ ਨੂੰ ਕਦੇ ਵੀ ਪੜ੍ਹਾਈ ਲਿਖਾਈ ਨਹੀਂ ਕਰਵਾਈ ਗਈ, ਇਹਨਾਂ ਤੋਂ ਵਾਂਝੇ ਰੱਖਿਆ ਗਿਆ ਔਰ ਕਿਸੇ ਵੀ ਪੇਸ਼ੇ ਦੀ ਸਿਖਲਾਈ ਤੋਂ ਵੰਚਿਤ ਰੱਖਿਆ ਗਿਆ। ਸੋ ਔਰਤਾਂ ਨੇ ਵੀ ਜੋ ਹੈ ਆਪਣੀ ਜੀਵਨ ਬਿਹਤਰੀ ਵਾਸਤੇ ਲਗਾਤਾਰ ਅੰਦੋਲਨ ਚਲਾਏ, ਔਰ ਉਹਨਾਂ ਨੂੰ ਲੱਗਿਆ ਕਿ ਜੋ ਹੈ ਇਸ ਕ੍ਰਾਂਤੀ ਤੋਂ ਬਾਅਦ ਉਹਨਾਂ ਦੀ ਦਸ਼ਾ ਵੀ ਸੁਧਰੇਗੀ। ਹਾਂ ਦੇਖੋ ਉਹਨਾਂ ਨੇ ਜੋ ਹੈ ਜਦੋਂ ਬ੍ਰੈਡ ਅੰਦੋਲਨ ਚੱਲਿਆ ਸੀ, ਬ੍ਰੈਡ ਦੀ ਕੀਮਤ ਇੰਨੀ ਵਧਾ ਦਿੱਤੀ ਗਈ, ਫਿਰ ਇਹਨਾਂ ਨੇ ਅੰਦੋਲਨ ਕੀਤਾ ਇਹ ਨਹੀਂ ਜੋ ਹੈ ਸਾਨੂੰ ਵੀ ਆਪਦਾ ਗੁਜ਼ਾਰਾ ਕਰਨ ਵਾਸਤੇ ਇਹ ਜਿਹੜਾ ਹੈ ਕੀਮਤ ਘੱਟ ਹੋਣੀ ਚਾਹੀਦੀ ਹੈ। ਹਾਂ ਦੇਖੋ ਤਕਰੀਬਨ 150 ਸਾਲ ਬਾਅਦ ਜਾ ਕੇ ਸੰਨ 1946 ਦੇ ਵਿੱਚ ਫਰਾਂਸੀਸੀ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ, ਜਦੋਂ ਕਿ ਭਾਰਤ ਨੇ ਆਜ਼ਾਦ ਹੋਣ ਤੋਂ ਤੁਰੰਤ ਬਾਅਦ ਜੋ ਹੈ ਔਰਤਾਂ ਨੂੰ ਵੋਟ ਦਾ ਹੱਕ ਦਿੱਤਾ ਬੇਟਾ। ਸਕੂਲੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ, ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਉਤਸ਼ਾਹਿਤ ਕੀਤਾ ਗਿਆ, ਔਰ ਆਪਣੀ ਮਰਜ਼ੀ ਤੋਂ ਬਿਨਾਂ ਵਿਆਹ ਲਈ ਮਜਬੂਰ ਨਹੀਂ ਕੀਤਾ ਜਾਂਦਾ ਸੀ, ਔਰ ਉਸ ਵਕਤ ਇਹਨਾਂ ਕੋਲ ਤਲਾਕ ਦਾ ਅਧਿਕਾਰ ਵੀ ਸੀ, ਔਰ ਵਿਆਹ ਨੂੰ ਇੱਕ ਕਾਨੂੰਨੀ ਇਕਰਾਰ ਮੰਨਿਆ ਗਿਆ। ਅਤੇ ਆਓ ਬੇਟਾ ਅਖੀਰ ਦੇ ਵਿੱਚ ਆਪਾਂ ਦੇਖਦੇ ਹਾਂ ਫਰਾਂਸੀਸੀ ਕ੍ਰਾਂਤੀ ਦਾ ਨਤੀਜਾ। ਸੰਸਾਰ ਦੀ ਇੱਕ ਪ੍ਰਮੁੱਖ ਜੋ ਹੈ ਇਤਿਹਾਸਿਕ ਘਟਨਾ ਸੀ, ਔਰ ਇਹ ਮੱਧਕਾਲੀਨ ਰਾਜਿਆਂ ਵੱਲੋਂ ਚਲਾਈ ਜਾ ਰਹੀ ਤਾਨਾਸ਼ਾਹੀ ਦੇ ਅੰਤ ਦਾ ਸਬੂਤ ਸੀ। ਪਾਦਰੀ ਅਤੇ ਕੁਲੀਨ ਵਰਗ ਦੇ ਜੋ ਵਿਸ਼ੇਸ਼ ਅਧਿਕਾਰਾਂ ਦਾ ਖਾਤਮਾ ਇਹਦੇ ਨਾਲ ਹੋਇਆ,
ਉਦਾਰਵਾਦੀ ਯੁੱਗ ਦੀ ਸ਼ੁਰੂਆਤ ਵੀ ਇੱਥੋਂ ਹੋਈ। ਔਰ ਇਹ ਕ੍ਰਾਂਤੀ ਬੇਟਾ ਮੱਧ ਕਾਲ ਅਤੇ ਆਧੁਨਿਕ ਕਾਲ ਨੂੰ ਜੋੜਨ ਵਾਲੀ ਇੱਕ ਅਹਿਮ ਕੜੀ ਹੈ ਔਰ ਇਸ ਨੂੰ ਜੋ ਹੈ ਅਸੀਂ ਆਧੁਨਿਕ ਯੁੱਗ ਦੀ ਸਵੇਰ ਮੰਨਦੇ ਹਾਂ। ਲੋਕਤੰਤਰ ਸ਼ਾਸਨ ਪ੍ਰਣਾਲੀ ਦਾ ਵਿਕਾਸ ਵੀ ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਹੋਇਆ। ਇਹ ਬੇਟਾ ਤੁਹਾਡੇ ਜੋ ਬੁੱਕ ਹੈ ਉਹਦੇ ਅਭਿਆਸ ਦੇ ਵਿੱਚ ਮੈਪ ਹੈ ਕਿ ਯੂਰਪ ਦੇ ਨਕਸ਼ੇ ਵਿੱਚ ਆਹ ਜਿਹੜੇ ਦੇਸ਼ ਦਿਖਾਓ ਤਾਂ ਇਹ ਬੇਟਾ ਪੁਰਤਗਾਲ ਹੈ, ਇਹ ਸਪੇਨ, ਆਹ ਫਰਾਂਸ ਹੈ, ਇੰਗਲੈਂਡ, ਇਹ ਇਟਲੀ ਹੈ ਔਰ ਇਹ ਆਸਟਰੀਆ। ਨਾਲ ਇਹਨਾਂ ਦੀਆਂ ਰਾਜਧਾਨੀਆਂ ਬੇਟਾ ਦਿੱਤੀਆਂ ਹੋਈਆਂ। ਹਾਂਜੀ, ਇਹ ਬੇਟਾ ਤੁਸੀਂ ਦੇਖ ਰਹੇ ਹੋ ਕਿ ਇਹ ਆਪਣਾ ਫਰਾਂਸ ਦਾ ਰਾਸ਼ਟਰੀ ਝੰਡਾ ਹੈ। ਤਿੰਨ ਰੰਗ ਨੇ, ਨੀਲਾ, ਸਫੇਦ ਅਤੇ ਲਾਲ, ਔਰ ਇਹ ਤਿੰਨੇ ਰੰਗ ਜੋ ਹੈ ਫਰਾਂਸ ਦੇ ਰਾਸ਼ਟਰੀ ਰੰਗ ਨੇ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਆਪ ਜੀ ਨੂੰ ਅੱਛਾ ਲੱਗਿਆ ਹੋਏਗਾ। ਧੰਨਵਾਦ, ਫਿਰ ਮਿਲਾਂਗੇ।